ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦੇ ਪਿੰਡ ਸ਼ੇਰ ਸਿੰਘ ਵਾਲਾ ਦੇ ਸਾਬਕਾ ਸਰਪੰਚ ਗੁਰਜਿੰਦਰ ਸਿੰਘ ਦੀ ਪੜ੍ਹੀ ਲਿਖੀ ਕੁੜੀ ਦਾ ਵਿਆਹ ਉਸ ਸਮੇਂ ਖਿੱਚ ਦਾ ਕੇਂਦਰ ਬਣ ਗਿਆ ਜਦੋਂ ਅਜੋਕੀ ਜ਼ਿੰਦਗੀ 'ਚੋਂ ਅਲੋਪ ਹੋ ਚੁੱਕੇ ਪੰਜਾਬੀ ਸੱਭਿਆਚਾਰ ਰੀਤੀ ਰਿਵਾਜਾਂ ਅਤੇ ਪੰਜਾਬੀ ਪਹਿਰਾਵੇ ਨਾਲ ਨੱਚਦਾ ਟੱਪਦਾ ਅਤੇ ਗਿੱਧਾ ਪਾਉਂਦਾ ਨਾਨਕਾ ਮੇਲ ਮਹਿੰਗੀਆਂ ਗੱਡੀਆਂ ਦੀ ਥਾਂ ਬਲਦਾਂ ਵਾਲੇ ਗੱਡਿਆਂ 'ਤੇ ਪਿੰਡ ਪੁੱਜਾ ਜਿਸ ਲਈ ਪਿੰਡ ਵਾਸੀਆਂ ਕੋਠਿਆਂ 'ਤੇ ਚੜ੍ਹ ਕੇ ਸਦੀਆਂ ਪੁਰਾਣੇ ਰੀਤੀ ਰਿਵਾਜਾਂ ਨਾਲ ਆਏ ਮੇਲ ਨੂੰ ਦੇਖਣ ਲਈ ਮਜਬੂਰ ਹੋ ਗਏ। ਆਖਿਰ ਪੱਛਮੀ ਪਹਿਰਾਵੇ ਨੂੰ ਛੱਡ ਕੇ ਪੰਜਾਬੀ ਰਵਾਇਤੀ ਪਹਿਰਾਵੇ ਨਾਲ ਹੋ ਰਹੇ ਵਿਆਹ ਦਾ ਅਸਲ ਨਜ਼ਾਰਾ ਦੇਖਦਿਆਂ ਹੀ ਬੰਦਾ ਸੀ। ਇੱਥੇ ਮੇਰੇ ਦੋਸਤ ਗੁਰਜਿੰਦਰ ਸਿੰਘ ਸਾਬਕਾ ਸਰਪੰਚ ਦੀ ਬੇਟੀ ਅਤਿੰਦਰ ਕੌਰ ਦੀ ਚਿਤਿੰਦਰ ਕੌਰ ਦੀ ਸ਼ਾਦੀ ਬਹੁਤ ਹੀ ਸਾਦੇ ਢੰਗ ਅਤੇ ਪੁਰਾਣੇ ਸੱਭਿਆਚਾਰਕ ਵਿਰਸੇ ਨੂੰ ਪੇਸ਼ ਕਰਦੀ ਹੋਈ ਕੀਤੀ ਜਾ ਰਹੀ ਹੈ। ਉਹਨਾਂ ਦਾ ਨਾਨਕਾ ਪਰਿਵਾਰ ਕੋਠੇ ਕੌਰ ਸਿੰਘ ਵਾਲਾ ਤੋਂ ਗੱਡੇ ਅਤੇ ਪੁਰਾਣੇ ਸੱਭਿਆਚਾਰਕ ਰੀਤੀ ਰਿਵਾਜਾਂ ਨੂੰ ਪੇਸ਼ ਕਰਦਾ ਹੋਇਆ ਉਹ ਇਸ ਵਿਆਹ ਵਿੱਚ ਸ਼ਾਮਿਲ ਹੋਣ ਵਾਸਤੇ ਇੱਥੇ ਪਹੁੰਚ ਰਿਹਾ ਹੈ ਅਤੇ ਅਸੀਂ ਲੋਕਾਂ ਨੂੰ ਅਪੀਲ ਕਰਦੇ ਹਾਂ ਵੀ ਇਸ ਤਰ੍ਹਾਂ ਹੀ ਪੁਰਾਣਾ ਸੱਭਿਆਚਾਰਕ ਅਪਣਾਇਆ ਜਾਵੇ, ਆਧੁਨਿਕ ਤੌਰ ਤਰੀਕੇ ਛੱਡ ਕੇ ਇਹ ਸਾਦੇ ਢੰਗ ਰਾਹੀਂ ਵਿਆਹ ਕੀਤੇ ਜਾਣ ਜੀ, ਇਹੀ ਸਾਰਿਆਂ ਨੂੰ ਬੇਨਤੀ ਹੈ। ਸ਼ਾਦੀ ਜਿਹੜੀ ਹੋ ਰਹੀ ਹੈ ਸੱਭਿਆਚਾਰ ਪੁਰਾਣੇ ਦੇ ਹਿਸਾਬ ਕਿਤਾਬ ਨਾਲ, ਮੇਰੀ ਜੋ ਬੇਟੀ ਹੈ ਇਹਦੀ ਸ਼ਾਦੀ ਹੋ ਰਹੀ ਹੈ, ਅਸੀਂ ਇਹਦੀ ਸ਼ਾਦੀ ਪੁਰਾਣੇ ਢੰਗ ਤਰੀਕਿਆਂ ਨਾਲ ਕਰ ਰਹੇ ਹਾਂ। ਮੈਨੂੰ ਇਹ ਬਹੁਤ ਖੁਸ਼ੀ ਹੈ ਕਿ ਮੇਰੇ ਘਰ ਬੇਟੀ ਨਹੀਂ ਦੋ ਬੇਟੇ ਪੈਦਾ ਹੋਏ। ਬਚਪਨ ਤੋਂ ਹੀ ਖੁਆਇਸ਼ ਸੀਗੀ ਕਿ ਮੇਰਾ ਜਿਹੜਾ ਵਿਆਹ ਪੂਰਾ ਸੱਭਿਆਚਾਰਕ ਤਰੀਕੇ ਨਾਲ ਹੋਵੇ ਅਤੇ ਉਸੇ ਚੀਜ਼ ਨੂੰ ਮੁੱਖ ਰੱਖਦੇ ਹੋਏ ਮੇਰੇ ਅੱਜ ਮਾਂ ਬਾਪ ਨੇ ਮੇਰੇ ਲਈ ਇਹ ਸਾਰਾ ਕੁਛ ਕੀਤਾ ਹੈ ਅਤੇ ਉਸੇ ਪਿਛਲੇ ਸੱਭਿਆਚਾਰ ਜਿਵੇਂ ਕਿ ਪਿਛਲੇ ਸੱਭਿਆਚਾਰ ਵਿੱਚ ਸੀ ਜਿਵੇਂ ਕਿ ਅੱਜ ਜਾਗੋ ਹੈ ਅਤੇ ਮੇਰੇ ਨਾਨਕਾ ਮੇਲ ਸਾਡਾ ਗੱਡੇ 'ਤੇ ਅਤੇ ਬਲਦਾਂ 'ਤੇ ਆ ਰਿਹਾ ਅਤੇ ਪੁਰਾਣੇ ਪੁਸ਼ਾਕ ਦੇ ਵਿੱਚ ਜਿਵੇਂ ਕਿ ਉਹਨਾਂ ਦੇ ਗਲ 'ਚ ਕੈਂਠੇ ਹੱਥਾਂ 'ਚ ਖੁੰਡੇ ਹੋਣਗੇ ਅਤੇ ਮੇਰੇ ਨਾਨਕਾ ਮੇਲ ਪਿੰਡ ਦਾ ਨਾਮ ਹੈ ਕੋਠੀ ਕੌਰ ਸਿੰਘ ਵਾਲਾ। ਜੋ ਪੂਰੀ ਸ਼ਾਦੀ ਹੈ ਬਹੁਤ ਹੀ ਸਿੰਪਲ ਸਾਦੇ ਤਰੀਕੇ ਨਾਲ ਅਤੇ ਸੱਭਿਆਚਾਰਕ ਤਰੀਕੇ ਨਾਲ ਹੋਏਗੀ। ਫਰੀਦਕੋਟ ਤੋਂ ਜਾਗਰਤੀ ਲਹਿਰ ਦੇ ਲਈ ਗੁਰਜੀਤ ਰੋਮਾਨਾ ਦੀ ਰਿਪੋਰਟ।